ਡਾਕਟਰ ਕਾਂਗ ਸ਼ੋ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਸਰੋਤਿਓ, ਅੱਜ ਅਸੀਂ ਇੱਕ ਬੜੇ ਹੀ ਅਹਿਮ ਟੌਪਿਕ 'ਤੇ ਗੱਲ ਕਰਾਂਗੇ, ਉਹ ਹੈਗੀ ਸੇਵਾ। ਵੀ ਇਸ ਦੁਨੀਆ ਦੇ ਵਿੱਚ ਬਹੁਤ ਇਨਸਾਨ ਨੇ ਜਿਹੜੇ ਬਹੁਤ ਕਾਮਯਾਬ ਨੇ, ਬਹੁਤ ਚੰਗੇ ਕੰਮ ਕਰਦੇ ਨੇ, ਕੋਈ ਸਿਆਸਤ ਦੇ ਵਿੱਚ, ਕੋਈ ਆਪਣੇ ਬਿਜ਼ਨਸ ਦੇ ਵਿੱਚ, ਪਰ ਬਹੁਤ ਹੀ ਘੱਟ ਇੱਦਾਂ ਦੇ ਇਨਸਾਨ ਨੇ ਜਿਹੜੇ ਕਿ ਦੂਜਿਆਂ ਲਈ ਕੰਮ ਕਰਦੇ ਨੇ। ਉਹਨਾਂ ਦਾ ਜ਼ਿੰਦਗੀ ਦਾ ਇਹ ਮਕਸਦ ਹੁੰਦਾ ਵੀ ਅਸੀਂ ਕਿੱਦਾਂ ਦੂਜੇ ਇਨਸਾਨਾਂ ਦੀ, ਲੋੜਵੰਦ ਇਨਸਾਨਾਂ ਦੀ ਮਦਦ ਕਰਨੀ ਹੈ। ਇੱਦਾਂ ਦੇ ਇਨਸਾਨ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਹੋਏ ਹਨ। ਉਹਨਾਂ ਦਾ ਨਾਂ ਹੈ ਡਾਕਟਰ ਹਰਕੇਸ਼ ਸਿੰਘ ਸੰਧੂ। ਵੈਲਕਮ ਡਾਕਟਰ ਸੰਧੂ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਡਾਕਟਰ ਸੰਧੂ ਨੇ ਇੱਕ ਜਥੇਬੰਦੀ ਬਣਾਈ ਜਿਹਦਾ ਨਾਂ ਹੈਗਾ ਸਹਾਇਤਾ। ਇਹ ਜਿਹੜੀ ਸਹਾਇਤਾ ਔਰਗਨਾਈਜੇਸ਼ਨ ਹੈ, ਕਈ ਮੁਲਕਾਂ ਦੇ ਵਿੱਚ ਜਿਹੜਾ ਵਲੰਟਰੀ ਜਾਂ ਚੈਰਿਟੀ ਜਾਂ ਸੇਵਾ ਦਾ ਕੰਮ ਕਰ ਰਹੀ ਆ। ਸੋ ਅਸੀਂ ਅੱਜ ਬੜੀ ਡਿਟੇਲ ਦੇ ਵਿੱਚ ਡਾਕਟਰ ਸਾਹਿਬ ਨੂੰ ਪੁੱਛਾਂਗੇ ਕਿ ਪਹਿਲਾਂ ਤਾਂ ਵੀ ਇਹ ਸੇਵਾ ਦੀ ਭਾਵਨਾ ਆਈ ਕਿੱਥੋਂ, ਇਹਨਾਂ ਦੀ ਔਰਗਨਾਈਜੇਸ਼ਨ ਕੀ ਕਰਦੀ ਆ, ਅਤੇ ਤੁਸੀਂ ਕਿੱਦਾਂ ਜਿਹੜੇ ਸਾਡੇ ਸਰੋਤੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹ ਕਿੱਦਾਂ ਇਹਨਾਂ ਦੀ ਜਿਹੜੀ ਜਥੇਬੰਦੀ ਦੇ ਮੈਂਬਰ ਬਣ ਸਕਦੇ ਨੇ ਜਾਂ ਕਿੱਦਾਂ ਇਹਨਾਂ ਦੀ ਹੈਲਪ ਕਰ ਸਕਦੇ ਹਾਂ। ਡਾਕਟਰ ਸੰਧੂ, ਸਭ ਤੋਂ ਪਹਿਲਾਂ ਤਾਂ ਦੱਸੋ ਵੀ ਸਹਾਇਤਾ ਜਥੇਬੰਦੀ ਹੈ ਕੀ? ਸਹਾਇਤਾ ਇੱਕ ਇਹੋ ਜਿਹੀ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈਗੀ ਆ ਜਿਹਦੇ ਵਿੱਚ ਸਾਰੇ ਅਸੀਂ ਵਲੰਟੀਅਰ ਹਾਂ ਅਤੇ ਕੋਈ ਪੇਡ ਇੰਪਲੋਈ ਨਹੀਂ ਹੈ। ਅਤੇ ਸਾਡਾ ਟੀਚਾ ਵੀ ਸਿਰਫ ਇਹੀ ਸੀ, ਕਿਉਂਕਿ ਜਦੋਂ ਇਹਨੂੰ ਬਣਾਇਆ ਸੀ ਹਰ ਇੱਕ ਦੇ ਮਨ ਦੇ ਵਿੱਚ ਉਸ ਵੇਲੇ ਸੁਨਾਮੀ ਲਹਿਰ ਹਲੇ ਆ ਕੇ ਹਟੀ ਸੀ, ਇਹੀ ਸੀ ਕਿ ਜੇ ਅਸੀਂ ਪੈਸੇ ਦਿੰਦੇ ਹਾਂ ਕਿਸੇ ਨੂੰ ਉਹਦੇ 'ਚੋਂ ਕਿੰਨਾ ਹਿੱਸਾ ਲੱਗਦਾ ਕੰਮ 'ਤੇ, ਬਾਕੀ ਕਿੰਨਾ ਖਰਚਾਂ 'ਤੇ ਨਿਕਲਦਾ। ਅਤੇ ਹਰ ਇੱਕ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਉਸ ਜਗ੍ਹਾ 'ਤੇ ਪੈਸੇ ਦਿੱਤੇ ਜਾਣ ਜਿੱਥੇ ਕਿ ਚੰਗੇ ਕੰਮ 'ਤੇ ਲੱਗ ਸਕਣ। ਅਤੇ ਸੋ ਉਸ ਵੇਲੇ ਸਾਨੂੰ ਇਹੀ ਆਇਆ ਵੀ ਕਿਉਂ ਇਹ ਖਰਚੇ ਹੁੰਦੇ ਕਿਉਂ ਆ, ਅਤੇ ਕਿਉਂ ਇਹਨਾਂ, ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਹਟਾ ਸਕਦੇ ਹਾਂ। ਅਤੇ ਫਿਰ ਅਸੀਂ ਕਿਹਾ ਵੀ ਜੇ ਅਸੀਂ ਇੱਕ ਇਹੋ ਜਿਹਾ ਅਦਾਰਾ ਬਣਾਈਏ ਜਿਹਦੇ ਵਿੱਚ ਕਿ ਖਰਚ ਬਹੁਤ ਹੀ ਮਿਨੀਮਮ ਹੋਵੇ ਚਾਹੇ ਨਾ ਵੀ ਹੋਵੇ। ਅਤੇ ਸੋ ਉਸ ਵਕਤ ਜਦੋਂ ਅਸੀਂ ਸਹਾਇਤਾ ਦਾ ਜਿਹੜਾ ਚਾਰਟਰ ਸੀ ਸਾਡਾ, ਉਹ ਇਹੀ ਸੀ ਕਿ ਜਿਹੜੀਆਂ 100% ਆਫ ਦਾ ਡੋਨੇਸ਼ਨਸ ਦੇ ਗੋ ਫਾਰ ਦਾ ਪ੍ਰੋਜੈਕਟ, ਜੋ ਚੰਗੇ ਕੰਮਾਂ 'ਤੇ ਜਾਵੇ, ਕਿਸੇ ਜੇਬ 'ਚ ਨਾ ਪਵੇ, ਕਿਸੇ ਦੀ ਜੇਬ 'ਚ ਨਾ ਪਵੇ। ਡਾਕਟਰ ਸਾਹਿਬ, ਜਿਹੜੀ ਸਹਾਇਤਾ ਔਰਗਨਾਈਜੇਸ਼ਨ ਕਿਹੜੇ ਸਨ 'ਚ ਬਣੀ? ਇਹ ਸਨ 2005 ਦੇ ਵਿੱਚ, ਫਰਵਰੀ 2005। ਹੁਣ ਤੁਹਾਡੀ ਕਿਹੜੇ ਕਿਹੜੇ ਕੰਟਰੀ 'ਚ ਬ੍ਰਾਂਚਿਸ ਨੇ? ਇਸ ਵੇਲੇ ਸਾਡੀਆਂ, ਅਸੀਂ ਸਹਾਇਤਾ ਐਜ਼ ਸਹਾਇਤਾ ਇੰਡੀਆ ਦੇ ਵਿੱਚ ਹੈਗੇ ਹਾਂ, ਐਜ਼ ਸਹਾਇਤਾ ਕੈਨੇਡਾ ਟੋਰਾਂਟੋ ਅਤੇ ਐਡਮਿੰਟਨ ਕੈਲਗਰੀ ਦੇ ਵਿੱਚ ਸਾਡੇ ਚੈਪਟਰ ਹੈਗੇ, USA ਦੇ ਵਿੱਚ। ਅਤੇ USA ਦੇ ਵਿੱਚ ਤਿੰਨ ਕੰਟਰੀਜ਼ ਦੇ ਵਿੱਚ ਤੁਹਾਡੀਆਂ ਹਾਂਜੀ ਬ੍ਰਾਂਚਿਸ ਨੇ। ਚਲੋ ਆਪਾਂ ਇੰਡੀਆ ਤੋਂ ਗੱਲ ਸ਼ੁਰੂ ਕਰਦੇ ਹਾਂ। ਹਾਂਜੀ, ਤੁਸੀਂ ਦੱਸੋ ਵੀ ਸਹਾਇਤਾ ਪੰਜਾਬ ਵਿੱਚ ਕੀ ਕਰ ਰਹੀ ਆ? ਪੰਜਾਬ ਦੇ ਵਿੱਚ ਸਾਡੇ ਕਈ ਪ੍ਰੋਜੈਕਟਸ ਨੇ ਸਹਾਇਤਾ ਦੇ। ਸਾਰਿਆਂ ਨੂੰ ਪਹਿਲਾ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਹ ਬਾਲ ਭਵਨ ਦਾ ਹੋਇਆ ਸੀ, ਜੋ ਕਿ ਲੁਧਿਆਣੇ ਦੇ ਵਿੱਚ ਸਰਾਭਾ ਨਗਰ ਦੇ ਵਿੱਚ ਸਥਿਰ ਹੈਗਾ। ਇਹ ਇੱਕ ਰੈੱਡ ਕਰੋਸ ਦੀ ਸੰਸਥਾ ਸੀਗੀ ਜਿਸ ਦੇ ਵਿੱਚ ਅਖਬਾਰ, ਕਿਉਂਕਿ ਪੰਜਾਬ 'ਚੋਂ ਆਉਣ ਅਤੇ ਪੰਜਾਬੀ ਹੋਣ ਦੇ ਨਾਤੇ ਟ੍ਰਿਬਿਊਨ ਮੈਂ ਹਮੇਸ਼ਾ ਹੀ ਪੜ੍ਹਦਾ ਰਿਹਾ, ਕਿਉਂਕਿ ਉਹਦੇ 'ਚ ਇੱਕ ਇਹੋ ਜਿਹੀ ਅਖਬਾਰ ਸੀ ਜਿਹਦੇ 'ਚ ਸਾਰੀਆਂ ਖਬਰਾਂ ਚੰਗੀਆਂ ਮਿਲ ਜਾਂਦੀਆਂ ਸੀ। ਸੋ ਉਹਦੇ 'ਚ ਆਇਆ ਸੀ ਕਿ ਇੱਕ 86 ਸਾਲ ਦੀ ਲੇਡੀ ਆ ਅਤੇ 52 ਬੱਚੇ ਆ, ਅਤੇ ਉਹ ਉਹਨਾਂ ਦੀ ਲੁੱਕ ਆਫਟਰ ਕਰਦੀ ਆ ਦਿਨ ਰਾਤ, ਅਤੇ ਕਈ ਵਾਰੀ ਉਹਨਾਂ ਨੂੰ ਖਾਣ ਨੂੰ ਵੀ ਨਹੀਂ ਮਿਲਦਾ ਅਤੇ ਭੁੱਖੇ ਸੌਂਦੇ ਆ। ਅਤੇ ਮੈਂ ਕਿਹਾ ਵੀ ਯਾਰ ਇਹ ਤਾਂ ਬਹੁਤ ਮਾੜੀ ਗੱਲ ਹੈ। ਅਤੇ ਸੋ ਮੈਂ ਡਾਕਟਰ ਰਜਿੰਦਰ, ਉਸ ਵੇਲੇ ਅਸੀਂ ਸਹਾਇਤਾ ਇੰਡੀਆ ਨਹੀਂ ਸੀ ਬਣਾਈ, ਡਾਕਟਰ ਰਜਿੰਦਰ ਉੱਥੇ ਮੇਰੇ ਫਰੈਂਡਸ ਬਹੁਤ ਸ਼ੁਰੂ ਬਚਪਨ, ਮਤਲਬ ਕਹਿ ਲਓ ਮੈਡੀਕਲ ਸਕੂਲ ਤੋਂ ਹੀ। ਅਤੇ ਉਹਨਾਂ ਨਾਲ ਮੈਂ ਪੁੱਛਿਆ, ਮੈਂ ਕਿਹਾ ਵੀ ਆਪਣੇ ਲਾਗੇ ਹੀ ਹੈਗਾ ਇਹ, ਤਾਂ ਜਾ ਕੇ ਪਤਾ ਕਰਕੇ ਆਵੇ ਕੀ ਗੱਲ ਕੀ ਆ। ਸੋ ਫਿਰ ਉਹਨਾਂ ਨੇ ਦੱਸਿਆ, DC ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਜੀ ਸਾਡੇ ਕੋਲ ਤਾਂ ਇੰਨੀਆਂ ਆਉਂਦੀਆਂ ਰਹਿੰਦੀਆਂ ਔਰਗਨਾਈਜੇਸ਼ਨ, ਅਸੀਂ ਕੀ ਕਰੀਏ, ਸਾਰੇ ਕਾਨੂੰਨ ਨਹੀਂ ਸਾਡੇ ਕੋਲ ਚਾਹ ਹੁੰਦਾ। ਅਤੇ ਸੋ ਅਸੀਂ ਕਿਹਾ ਵੀ ਚਲੋ ਅਸੀਂ ਇਹਦੇ 'ਚ ਹੈਲਪ ਕਰ ਲੈਂਦੇ ਹਾਂ। ਸੋ ਉਸ ਵੇਲੇ ਅਸੀਂ ਉਹਨੂੰ ਕੋਆਪਟ ਕਰ ਲਿਆ ਬਾਲ ਭਵਨ ਨੂੰ। ਕਾਫੀ ਬਿਲਡਿੰਗ ਦਾ ਸੁਧਾਰ ਹੋਣ ਵਾਲਾ ਸੀ, ਕੰਧਾਂ ਡਿੱਗਦੀਆਂ ਪਈਆਂ ਸੀਗੀਆਂ, ਬਾਥਰੂਮ ਇੱਕੋ ਹੀ ਹੁੰਦਾ ਸੀ, ਸੋ ਕਾਫੀ ਮਤਲਬ ਖਸਤਾ ਹਾਲਤ ਦੇ ਵਿੱਚ ਸੀ। ਅਤੇ ਉਸ ਵਕਤ ਫਿਰ ਅਸੀਂ ਉਹਦੇ 'ਚ ਫੰਡਿੰਗ ਕਰਕੇ ਉਹਨੂੰ ਸੂਤ ਕੀਤਾ ਤਾਂ ਕਿ ਵੀ ਉਹ ਜਿਹੜੇ ਬੱਚੇ ਚੰਗੀ ਤਰ੍ਹਾਂ ਪੜ੍ਹ ਸਕਣ। ਅਤੇ ਸਕੂਲ ਦੇ ਵਿੱਚ ਸਾਨੂੰ ਇਹੀ ਕੋਸ਼ਿਸ਼ ਸੀ ਸਕੂਲ ਵੀ ਚੰਗਾ ਬਣ ਜਾਵੇ, ਪਰ ਉਸ ਵੇਲੇ ਇੱਕ ਸਰਕਾਰੀ ਸਕੂਲ ਸੀ, 3 ਟੀਚਰ ਡਿਪਿਊਟਡ ਸੀ, ਇੱਕੋ ਹੀ ਆਉਂਦੀ ਸੀ, ਉਹਨੇ ਕਦੇ ਉੱਥੇ ਬੈਠੀ ਆਪ ਸਵੈਟਰ ਬੁਣੀ ਜਾਣੇ, ਨਿਆਣਿਆਂ ਨੇ ਇੱਧਰ ਉੱਧਰ ਖੇਡਦੇ ਰਹਿਣਾ। ਅਤੇ ਸੋ ਉਹਨੂੰ ਅਸੀਂ ਚੇਂਜ ਕਰਕੇ ਫਿਰ ਅਸੀਂ ਕਿਹਾ ਵੀ ਸਕੂਲ ਆਪਣਾ ਬਣਾਈਏ, ਉਸ ਤੋਂ ਬਾਅਦ ਸਹਾਇਤਾ ਦਾ ਉੱਥੇ ਮਾਡਲ ਸਕੂਲ ਅਸੀਂ ਸ਼ੁਰੂ ਕੀਤਾ। ਜਿਹੜਾ ਬਾਲ ਘਰ ਆ ਇਹ ਉਹ ਔਰਫਨ ਜਾਂ ਬੇਸਹਾਰਾ ਬੱਚਿਆਂ ਦਾ ਥਾਂ ਹੈ? ਉਹ ਦੂਸਰੀ ਸਗਾ। ਅਤੇ ਬਾਲ ਘਰ ਕੀ ਆ? ਬਾਲ ਭਵਨ ਦੇ ਕਿਹੜੇ ਬੱਚੇ? ਬਾਲ ਭਵਨ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੇ ਜਿਹੜੇ ਪੇਰੈਂਟਸ ਡਿਸੇਬਲਡ ਨੇ,
ਉਹਨਾਂ ਦੀ ਟੇਕ ਕੇਅਰ ਨਹੀਂ ਕਰ ਸਕਦੇ, ਉਹ ਟੇਕ ਕੇਅਰ ਨਹੀਂ ਕਰ ਸਕਦੇ, ਜਾਂ ਉਹ ਜੇਲ੍ਹਾਂ ਵਿੱਚ ਨੇ, ਜਾਂ ਲੈਪਰਸੀ ਦੇ ਪੇਸ਼ੈਂਟਸ ਸੀ, ਜਾਂ ਡੈਫ ਐਂਡ ਬਲਾਈਂਡ ਜਿਹੜੇ ਪੇਸ਼ੈਂਟ। ਸੋ ਇੱਕ ਤੁਸੀਂ ਦੱਸਿਆ ਬਾਲ ਘਰ ਅਤੇ ਬਾਲ ਭਵਨ, ਦੋ ਸੰਸਥਾ, ਕੀ ਫਰਕ ਹੈ ਇਹਨਾਂ 'ਚ? ਜਿਹੜਾ ਬਾਲ ਘਰ ਹੈਗਾ ਉਹ ਮੁੱਲਾਂਪੁਰ ਦੇ ਲਾਗੇ ਤਲਵੰਡੀ ਧਾਮ ਦੇ ਵਿੱਚ ਹੈ, ਜਿਹੜਾ ਕਿ ਉਹਨਾਂ ਬੱਚਿਆਂ ਨੂੰ ਦੇ ਲਈ ਸਹਾਰਾ ਹੈ ਜਿਹਨਾਂ ਦਾ ਕੋਈ ਵੀ ਨਹੀਂ ਹੈ, ਮਤਲਬ ਜਿਹੜੇ ਔਰਫਨਸ ਔਰਫਨਸ ਨੇ ਜਿਹਨਾਂ ਦਾ ਕੋਈ ਅੱਛਾ, ਜਾਂ ਅਬੈਂਡਨਡ ਨੇ, ਛੱਡ ਜਾਂਦੇ ਨੇ, ਮਾਪੇ ਛੱਡ ਜਾਂਦੇ ਜਾਂ ਕੋਈ ਰਿਸ਼ਤੇਦਾਰ ਛੱਡ ਜਾਂਦੇ ਨੇ। ਥੋੜ੍ਹਾ ਦੱਸੋ ਵੀ ਉੱਥੇ ਕਿੰਨੇ ਬੱਚੇ ਨੇ ਅਤੇ ਕੀ ਕਰ ਰਹੇ ਸੀ? ਜਿਹੜਾ ਬਾਲ ਘਰ ਹੈਗਾ ਉੱਥੇ ਇਸ ਵਕਤ ਸਾਡੇ ਕੋਲ ਤਕਰੀਬਨ ਵੇਰੀ ਕਰਦਾ ਰਹਿੰਦਾ ਹੈਗਾ 55 ਤੋਂ ਲੈ ਕੇ 80 ਦੇ ਵਿੱਚ ਵਿਚਕਾਰ, ਕਿਉਂਕਿ ਨਵਜੰਮੇ ਬੱਚੇ ਬਹੁਤ ਆਉਂਦੇ ਰਹਿੰਦੇ ਆ ਅਤੇ ਉਹ ਫਿਰ ਨਰਸਰੀ ਜਿਹੜੀ ਉਹਦੇ 'ਚ ਜਾਂਦੇ ਨੇ ਅਤੇ ਚੇਂਜ ਹੁੰਦਾ ਰਹਿੰਦਾ। ਅਤੇ ਉੱਥੇ ਅਸੀਂ ਉਹਨਾਂ ਨੂੰ ਜਿੰਨੀ ਵੀ ਫਾਈਨੈਂਸ਼ੀਅਲ ਸਪੋਰਟ ਹੁੰਦੀ ਆ ਉਹ ਦਿੰਦੇ ਹਾਂ। ਜਦੋਂ ਜਿਹੜੇ ਬੱਚੇ ਆਉਂਦੇ ਆ ਉਹਨਾਂ ਦੀ ਜੇ ਕੋਈ ਮੈਡੀਕਲ ਪ੍ਰੋਬਲਮਸ ਆਉਂਦੀਆਂ ਹੈਗੀਆਂ ਉਹਨਾਂ ਨੂੰ, ਸੋ ਉਹਨਾਂ ਦੀਆਂ ਉਹ ਟੇਕ ਕੇਅਰ ਕਰੀਦੀਆਂ। ਉਹ ਇੱਕ ਇਹੋ ਜਿਹੀ ਸੰਸਥਾ ਹੈਗੀ ਹੈ ਵੀ ਜਿੱਥੇ ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਹੈਲਥ ਕੇਅਰ ਦਾ ਖਿਆਲ ਰੱਖੀਦਾ ਉਹਨਾਂ ਦੀ ਦਾ, ਅਤੇ ਡਾਕਟਰ ਖੁਦ ਜਾ ਕੇ ਉਹਨਾਂ ਨੂੰ ਦੇਖ ਕੇ ਆਉਂਦੇ ਨੇ, ਜੇ ਲੋੜ ਪਵੇ ਤਾਂ ਫਿਰ ਉਹਨਾਂ ਦੇ ਆਫਿਸ ਵਿਜ਼ਿਟ ਕਰੀਦਾ। ਅਤੇ ਉਹ ਬੱਚੇ ਸਕੂਲ ਪੜ੍ਹਦੇ ਨੇ ਉੱਥੇ ਕਬੀਰ ਸੰਤ ਕਬੀਰ ਅਕੈਡਮੀ ਹੈ, ਸੋ ਉਹਦੀ ਫੰਡਿੰਗ ਜਿਹੜੀ ਬਾਲ ਘਰ ਅਤੇ ਬਾਲ ਭਵਨ। ਹੋਰ ਪੰਜਾਬ 'ਚ ਕੀ ਕਰਦੇ ਹੋ? ਅਤੇ ਫਿਰ ਪੰਜਾਬ ਦੇ ਵਿੱਚ ਸਾਡੇ ਕੋਲ ਇਸ ਵੇਲੇ ਪਿੰਡ ਸਰੀਂਹ ਦੇ ਵਿੱਚ ਸਾਡਾ ਅੱਖਾਂ ਦਾ ਹਸਪਤਾਲ ਚੱਲਦਾ, 6 ਦਿਨ ਚੱਲਦਾ, ਫ੍ਰੀ ਸਰਵਿਸ, ਬਿਲਕੁਲ ਫ੍ਰੀ, ਹਰ ਇੱਕ ਇਲਾਜ ਅੱਖਾਂ ਦਾ ਹਸਪਤਾਲ ਚੱਲਦਾ। ਹੋਰ ਇੱਕ ਉੱਥੇ ਮੈਡੀਕਲ ਕਲੀਨਿਕ ਹੈ। ਅੱਛਾ ਜੀ। ਫਿਰ ਸਾਡੇ ਕੋਲ ਸਠਿਆਲੇ ਦੇ ਵਿੱਚ 103 ਬੱਚੇ ਨੇ ਜਿਹੜੇ ਗੋਬਿੰਦ ਅਕੈਡਮੀ ਹੈਗੀ ਹੈ ਉੱਥੇ, ਉਹਦੇ ਵਿੱਚ ਪੜ੍ਹਦੇ ਨੇ। ਉਹ ਬੱਚੇ ਨੇ ਜਿਹੜੇ ਉਸ ਵਕਤ ਖਾਲਿਸਤਾਨ ਦੀ ਮੂਵਮੈਂਟ ਦੇ ਵਕਤ ਜਿਹੜੇ ਪਰਿਵਾਰਾਂ ਰੁਲ ਗਏ, ਜਿਨ੍ਹਾਂ ਦੇ ਕੋਲ ਕੋਈ ਹੈ ਨਹੀਂ, ਬਚਿਆ ਨਹੀਂ ਸੀ, ਉਹ ਸੜਕਾਂ ਗੁਲੀਆਂ ਉੱਥੇ ਤੁਰੇ ਫਿਰਦੇ ਸੀਗੇ, ਸੋ ਉਹਨਾਂ ਨੂੰ ਇਕੱਠੇ ਕਰਕੇ ਆਲੇ ਦੁਆਲੇ ਦੇ ਪਿੰਡਾਂ 'ਚੋਂ ਉੱਥੇ ਪਾਇਆ ਗਿਆ। ਉਹ ਬੱਸ ਲੈ ਕੇ ਆਉਂਦੀ ਹੈ, ਉਹਨਾਂ ਨੂੰ ਬੱਸ ਛੱਡ ਦਿੰਦੀ ਹੈ। ਸੋ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ? ਪੜ੍ਹਾਈ ਦਾ ਇੰਤਜ਼ਾਮ, ਹਾਂਜੀ। ਰਹਿੰਦੇ ਹੋ ਆਪਣੀਆਂ ਫੈਮਿਲੀ ਨਾਲ? ਆਪਣੀ ਫੈਮਿਲੀ ਨਾਲ ਪੜ੍ਹਾਈ ਦਾ ਉਹਨਾਂ ਦੀਆਂ ਦਾ ਇੰਤਜ਼ਾਮ, ਹਾਂਜੀ। ਸੋ ਇਹ ਤਾਂ ਤੁਸੀਂ ਦੱਸਿਆ ਵੀ ਪੰਜਾਬ ਦੇ ਤੁਹਾਡੇ ਪ੍ਰੋਜੈਕਟ ਚੱਲ ਰਹੇ ਨੇ। ਹਾਂਜੀ, ਪੰਜਾਬ ਦੇ ਵਿੱਚ ਇੱਕ ਹੋਰ ਪ੍ਰੋਜੈਕਟ ਜਿਹੜਾ ਸਾਡਾ ਪਿਛਲੇ ਤਿੰਨ ਸਾਲ ਤੋਂ ਚੱਲਦਾ ਪਿਆ, ਉਹ ਹੈ ਸਿਕਲੀਗੜ੍ਹ ਸਿੱਖਸ ਦਾ। ਅੱਛਾ ਜੀ। ਜਿੱਥੇ ਜਿਹੜੇ ਕਿ ਅਸੀਂ ਉਹਨਾਂ ਬੱਚੇ ਸਾਰੇ ਇੰਡੀਆ ਦੇ ਵਿੱਚੋਂ ਜਿਹੜੇ ਉਹਨਾਂ ਦੇ ਹਾਈ ਸਕੂਲ ਦੇ ਲੈਵਲ ਦੇ ਬੱਚੇ ਸੀ, ਉਹਨਾਂ ਨੂੰ ਲਿਆ ਕੇ ਉਸ ਜਗ੍ਹਾ ਦੇ ਉੱਤੇ ਇੱਕ ਮਲੇਸ਼ੀਆ ਬੇਸਡ ਸਾਇੰਸ ਆਫ ਲਾਈਫ ਨਾਂ ਦੀ ਔਰਗਨਾਈਜੇਸ਼ਨ ਹੈ, ਉਹਨਾਂ ਦੇ ਟੀਚਰਾਂ ਨੇ ਆ ਕੇ ਉਹਨਾਂ ਨੂੰ ਟ੍ਰੇਨ ਕੀਤਾ ਤਾਂ ਕਿ ਉਹ ਇੱਕ ਐਜ਼ ਅ ਟੀਚਰ ਟ੍ਰੇਨਿੰਗ। ਜਿੱਦਾਂ ਸਿਕਲੀਗੜ੍ਹ ਸਿੱਖਸ ਪੋਥੇ ਜੇ ਨਹੀਂ ਵੀ ਜਾਣਦੇ ਤਾਂ ਇਹ ਉਹ ਵਣਜਾਰੇ ਸਿੱਖ ਨੇ ਜਿਹੜੇ ਕਿ ਜਾਂ ਕਈ ਉਹਨਾਂ ਦੀਆਂ ਹੈਗੀਆਂ ਸਿਕਲੀਗੜ੍ਹ ਦੇ ਇੱਕ ਗੁਰੂ ਹਰਗੋਬਿੰਦ ਤੋਂ ਲੈ ਕੇ ਹੁਣ ਤੱਕ ਉਸ ਗੁਰੂ ਗੋਬਿੰਦ ਸਿੰਘ ਤੱਕ ਜਿਹੜੇ ਸਾਰੇ ਸ਼ਸਤਰ ਬਣਾਉਂਦੇ ਰਹੇ। ਹਾਂਜੀ। ਸੋ ਡਾਕਟਰ ਸਾਹਿਬ, ਇਹ ਪੰਜਾਬ 'ਚ ਕਿਹੜੀ ਜਗ੍ਹਾ? ਪੰਜਾਬ ਦੇ ਵਿੱਚ ਇਹ ਪਹਿਲਾਂ ਅਸੀਂ ਜਿਹੜੀ ਸੀ ਤਰਨ ਤਾਰਨ ਦੇ ਨਜ਼ਦੀਕ ਸਾਨੂੰ ਇੱਕ ਅਕੈਡਮੀ 'ਚ ਜਗ੍ਹਾ ਮਿਲੀ ਸੀ, ਹੁਣ ਜਲੰਧਰ ਜਲੰਧਰ ਵਿੱਚ ਭੋਗਪੁਰ ਰੋਡ ਦੇ ਉੱਤੇ। ਪੰਜਾਬ ਤੋਂ ਬਾਹਰ ਇੰਡੀਆ 'ਚ ਹੋਰ ਕੀ ਪ੍ਰੋਜੈਕਟ ਨੇ ਤੁਹਾਡੇ? ਪੰਜਾਬ ਤੋਂ ਬਾਹਰ ਜਿਹੜੇ ਪ੍ਰੋਜੈਕਟਸ ਨੇ ਉਹਦੇ ਵਿੱਚ ਇੱਕ ਤਾਂ ਅਸੀਂ ਹੁਣੇ ਹੀ ਹਾਲੇ ਫਿਨਿਸ਼ ਕਰਕੇ ਹਟੇ ਹਾਂ, 2 ਸਕੂਲ ਅਸੀਂ ਬਣਾਏ ਨੇ ਜੰਮੂ ਦੇ ਵਿੱਚ, ਰਜੌੜੀ ਬਾਰਡਰ ਦੇ ਨਜ਼ਦੀਕ, ਬਿਲਕੁਲ ਬਾਰਡਰ ਦੇ ਲਾਗੇ ਨੇ ਉਹ ਸਕੂਲ, ਕਾਫੀ ਉੱਚਾਈ ਦੇ ਉੱਤੇ ਨੇ। ਜਦੋਂ ਪਿਛਲੇ ਸਾਲ ਹੜ੍ਹ ਆਏ ਸੀ ਤਾਂ ਸਕੂਲ ਉੱਥੇ ਕਾਫੀ ਨੁਕਸਾਨ ਹੋ ਗਏ, ਰੁੜ ਗਏ ਸੀਗੇ, ਸੋ ਆਰਮੀ ਦਾ ਆਇਆ ਸੀ ਕਿ ਬਈ ਉਹਨਾਂ ਨੇ ਲੋਕੇਸ਼ਨਾਂ ਲੱਭੀਆਂ ਹੈਗੀਆਂ ਵੀ ਜਿੱਥੇ ਲੋੜ ਜ਼ਿਆਦਾ ਹੈਗੀ ਆ, ਅਤੇ ਪਰ ਫੰਡਿੰਗ ਨਹੀਂ ਸੀ, ਸਹਾਇਤਾ ਉਹਨਾਂ ਨੂੰ ਫੰਡ ਕੀਤਾ, ਸੋ ਅਸੀਂ ਉਹਨਾਂ ਨੇ ਸਾਰੀ ਫੰਡਿੰਗ ਉਹਨਾਂ ਦੀ ਅਸੀਂ ਕੀਤੀ। ਹਾਂਜੀ, ਵੈਰੀ ਨਾਈਸ। ਉਹ ਸਕੂਲ ਨੇ ਜਿਹੜੇ ਕਿ ਇੰਨੀ ਹਾਈਟ ਦੇ ਉੱਤੇ ਫਸਟ ਪ੍ਰੋਬੇਬਲੀ ਇੰਡੀਆ ਦੇ ਵਿੱਚ ਹੋਣਗੇ ਜਿਹੜੇ ਸੋਲਰ ਸਕੂਲ ਨੇ। ਸੋ ਵੈਰੀ ਨਾਈਸ, ਐਕੋ ਫਰੈਂਡਲੀ, ਬਿਕੋਜ਼ ਉੱਥੇ ਬਿਜਲੀ ਹੈ, ਤਾਰਾਂ ਨਹੀਂ ਪਹੁੰਚਣੀਆਂ, ਪਹੁੰਚਦੀਆਂ ਨਹੀਂ ਬਹੁਤ। ਅਤੇ ਹੋਰ ਜੰਮੂ ਤੋਂ ਬਾਅਦ ਹੋਰ ਕੋਈ? ਫਿਰ ਹਿਮਾਚਲ ਪ੍ਰਦੇਸ਼ ਦੇ ਵਿੱਚ ਅਸੀਂ ਸਾਨੂੰ ਉਸ ਤਰ੍ਹਾਂ ਵਿਦਆਊਟ ਸਹਾਇਤਾ 27 ਸਾਲ ਹੋ ਗਏ ਉੱਥੇ ਅੱਖਾਂ ਦੇ ਫ੍ਰੀ ਕੈਂਪ ਲਾਉਂਦੇ ਨੂੰ। ਇਹ ਚਨੌਰ ਕਸਬਾ ਹੈਗਾ ਉਸ ਏਰੀਏ ਦੇ ਵਿੱਚ, ਆਲੇ ਦੁਆਲੇ ਦੇ 40-50 ਹੋਰ ਕਿਸੇ ਸਟੇਟ ਦੇ ਵਿੱਚ, ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਸਾਡੇ ਕੋਲ ਤਕਰੀਬਨ 100 ਬੱਚਾ ਵੀ ਹੈ ਅਸੀਂ ਜਿਹੜਾ ਪੜ੍ਹਾਉਂਦੇ ਹਾਂ ਉੱਥੇ। ਅੱਛਾ ਜੀ। ਜਿਨ੍ਹਾਂ ਦੇ ਕੋਈ ਹੈ ਨਹੀਂ ਜਾਂ ਜਿਹੜੇ ਗਰੀਬ ਆ ਘਰੋਂ ਬਹੁਤ, ਉਹਨਾਂ ਨੂੰ ਪੜ੍ਹਾਉਂਦੇ ਹਾਂ। ਫਿਰ ਸਾਡੇ ਕੋਲ UP ਦੇ ਵਿੱਚ ਇਸ ਵਕਤ ਹੁਣੇ ਹੀ ਹਲੇ ਮੈਂ ਕੱਲ੍ਹ ਆਈ ਸੀ ਡਾਕਟਰ ਜਗਮੋਹਨ ਸਿੰਘ ਹੁਣਾਂ ਦੀ, ਅਤੇ ਸਾਡੇ ਕੋਲ 84 ਬੱਚੇ ਨੇ UP ਦੇ ਵਿੱਚ ਸਿਕਲੀਗੜ੍ਹ ਸਿੱਖਸ ਦੇ ਜਿਹੜੇ ਅਸੀਂ ਉੱਥੇ ਪੜ੍ਹਾਉਂਦੇ ਹਾਂ, ਆਗਰੇ ਦੇ ਨਜ਼ਦੀਕ ਅਤੇ ਮਥੁਰਾ ਦੇ ਨਜ਼ਦੀਕ।
ਸੋ ਤੁਸੀਂ ਹਾਲੇ ਤੁਸੀਂ ਇਹ ਦੱਸਿਆ ਵੀ ਤੁਹਾਡੀ ਜਿਹੜੀ ਆਪਾਂ ਜੇ ਅਮੈਰੀਕਾ ਕੈਨੇਡਾ ਦੀ ਵੀ ਗੱਲ ਕਰਨੀ ਹੈ ਅਤੇ ਹੋਰ ਬਹੁਤ ਗੱਲਾਂ ਕਰਨੀਆਂ ਕਿਉਂ ਬ੍ਰੇਕ ਦਾ ਟਾਈਮ ਹੋ ਰਿਹਾ ਸੋ ਮੈਂ ਵਿਸਤਾਰ ਦੇ ਵਿੱਚ ਇਹ ਗੱਲ ਆਪਾਂ ਕਰਾਂਗੇ ਪਰ ਸਮਰਾਈਜ਼ ਕਰਦਾ ਵੀ ਤੁਸੀਂ ਦੱਸਿਆ ਵੀ ਪੰਜਾਬ 'ਚ ਤੁਹਾਡੇ ਕਈ ਪ੍ਰੋਜੈਕਟ ਨੇ ਹਿਮਾਚਲ ਜੰਮੂ ਅਤੇ ਯੂਪੀ ਦੇ ਵਿੱਚ ਤੁਸੀਂ ਇੰਡੀਆ ਦੇ ਵਿੱਚ ਡਿਫਰੈਂਟ ਤਰੀਕੇ ਨਾਲ ਬੱਚਿਆਂ ਦੀ ਸਕੂਲਾਂ ਦੀ ਜਾਂ ਮੈਡੀਕਲ ਸਹਾਇਤਾ ਤੁਸੀਂ ਉੱਥੇ ਕਰ ਰਹੇ ਹੋ ਸੋ ਮੈਂ ਆਪਣੇ ਸਰੋਤਿਆਂ ਨੂੰ ਇਹ ਗੱਲ ਥੋੜ੍ਹੀ ਜਿਹੀ ਸ਼ੁਰੂ 'ਚ ਦੱਸਣੀ ਭੁੱਲ ਗਿਆ ਵੀ ਜਿਹੜੇ ਡਾਕਟਰ ਹਰਕੇਸ਼ ਸੰਧੂ ਨੇ ਕਿੱਤੇ ਤੋਂ ਇਹ ਮੈਡੀਕਲ ਡਾਕਟਰ ਨੇ ਪਟਿਆਲਾ ਮੈਡੀਕਲ ਕਾਲਜ ਤੋਂ ਇਹ ਪੜ੍ਹ ਕੇ ਆਏ ਹੋਏ ਨੇ ਹੁਣ ਇਹ ਪ੍ਰੈਕਟਿਸ ਇੱਥੇ ਕੈਲੀਫੋਰਨੀਆ ਵਿੱਚ ਕਰਦੇ ਨੇ ਅਤੇ ਉਹਦੇ ਨਾਲ ਇਹ ਕੰਮ ਜਿਹੜੀ ਸੇਵਾ ਇਹ ਆਪਣੇ ਕਿੱਤੇ ਦੇ ਨਾਲ ਨਾਲ ਕਰਦੇ ਨੇ ਸੋ ਪਲੀਜ਼ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਅਸੀਂ ਤੁਹਾਨੂੰ ਚੈਲੰਜ ਕਰਨਾ ਅਤੇ ਤੁਹਾਨੂੰ ਪੁੱਛਣਾ ਵੀ ਤੁਸੀਂ ਕਿੱਦਾਂ ਇਹਨਾਂ ਦੀ ਮਦਦ ਕਰ ਸਕਦੇ ਹੋ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸੋ ਪਿਆਰੇ ਸਰੋਤਿਓ ਮੈਨੂੰ ਉਮੀਦ ਹੈ ਕਿ ਤੁਸੀਂ ਹਾਲੇ ਥਾਈਂ ਦਾ ਪ੍ਰੋਗਰਾਮ ਪਸੰਦ ਕਰ ਰਹੇ ਹੋ ਅੱਜ ਅਸੀਂ ਗੱਲ ਕਰ ਰਹੇ ਹਾਂ ਸਮਾਜ ਸੇਵੀ ਡਾਕਟਰ ਹਰਕੇਸ਼ ਸਿੰਘ ਸੰਧੂ ਜੋ ਕਿ ਸਹਾਇਤਾ ਔਰਗਨਾਈਜੇਸ਼ਨ ਦੇ ਫਾਊਂਡਿੰਗ ਮੈਂਬਰ ਨੇ ਅਤੇ ਇਹ ਜਿਹੜੀ ਸਹਾਇਤਾ ਔਰਗਨਾਈਜੇਸ਼ਨ ਹੈ ਇਹ ਕਈ ਮੁਲਕਾਂ ਦੇ ਵਿੱਚ ਸੇਵਾ ਕਰ ਰਹੀ ਆ ਪੰਜਾਬ ਦੇ ਇੰਡੀਆ ਦੇ ਵਿੱਚ ਇਹ ਕਈ ਸੂਬਿਆਂ ਦੇ ਵਿੱਚ ਸੇਵਾ ਕਰ ਰਹੇ ਨੇ ਸੋ ਡਾਕਟਰ ਸੰਧੂ ਤੁਸੀਂ ਇੰਡੀਆ ਬਾਰੇ ਦੱਸਿਆ ਤੁਸੀਂ ਹੁਣ ਤੁਹਾਨੂੰ ਥੋੜ੍ਹਾ ਜਿਹਾ ਦੱਸੋ ਵੀ ਅਮੈਰੀਕਾ ਕੈਨੇਡਾ 'ਚ ਤੁਹਾਡੇ ਕੀ ਪ੍ਰੋਜੈਕਟ ਨੇ ਬਤੌਰ ਡਾਕਟਰ ਹੋਣ ਦੇ ਨਾਤੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਅਸੀਂ ਹੈਲਥ ਕਲੀਨਿਕਸ ਹੈਲਥ ਅਵੇਅਰਨੈਸ ਕਲੀਨਿਕਸ ਸ਼ੁਰੂ ਕੀਤੀਆਂ ਸੀ ਵੱਖਰੇ ਵੱਖਰੇ ਗੁਰੂ ਘਰਾਂ ਦੇ ਵਿੱਚ ਜਾ ਕੇ ਜਾਂ ਕਮਿਊਨਿਟੀ ਸੈਂਟਰਸ ਦੇ ਵਿੱਚ ਜਾਂ ਈਵਨ ਮੰਦਰਾਂ ਦੇ ਅੰਦਰ ਜਾ ਕੇ ਅਸੀਂ ਵੀਕਐਂਡ ਦੇ ਉੱਤੇ ਜਦੋਂ ਮੇਰੇ ਕੋਲ ਟਾਈਮ ਹੁੰਦਾ ਸੀ ਅਤੇ ਅਸੀਂ ਕਲੀਨਿਕ ਲਾਉਂਦੇ ਹੁੰਦੇ ਸੀ ਉਹਨਾਂ ਨੂੰ ਮਰੀਜ਼ਾਂ ਨੂੰ ਟੈਸਟ ਕਰਨਾ ਸ਼ੂਗਰ ਬਲੱਡ ਪ੍ਰੈਸ਼ਰ ਕੋਲੈਸਟਰੋਲ ਵਗੈਰਾ ਚੈੱਕ ਕਰਨੀ ਫਿਰ ਉਹਨਾਂ ਨੂੰ ਉਹਦੇ ਬਾਰੇ ਦੱਸਣਾ ਵੀ ਕਹਿੰਦੀ ਤੁਹਾਨੂੰ ਕਿੰਨੀ ਕੁ ਲੋੜ ਆ ਕਿਵੇਂ ਡਾਇਟ ਕਰ ਨਾਲ ਤੁਸੀਂ ਸਕਰੀਨਿੰਗ ਹੈਲਥ ਸਕਰੀਨਿੰਗ ਐਂਡ ਅਵੇਅਰਨੈਸ ਤੇ ਕੈਨੇਡਾ ਵਿੱਚ ਕੀ ਕਰ ਰਹੇ ਤੇ ਸੋ ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਹੈਲਥ ਕੈਂਪ ਤੋਂ ਸ਼ੁਰੂ ਕੀਤਾ ਸੀਗਾ ਅਤੇ ਉਹ ਜਿਹੜਾ ਪ੍ਰੋਜੈਕਟ ਵਾਤਾ ਨਹੀਂ ਚੱਲਿਆ ਕਿ ਕਿਉਂਕਿ ਕੈਨੇਡਾ ਦੇ ਵਿੱਚ ਇਹੀ ਲੋਕ ਸਾਨੂੰ ਕਹਿੰਦੇ ਜੀ ਸਾਡੇ ਤਾਂ ਇੱਥੇ ਫਰੀ ਹੈਲਥ ਕੇਅਰ ਹੈਗੀ ਆ ਸਾਨੂੰ ਇੰਨੀ ਲੋੜ ਨਹੀਂ ਪਰ ਤੁਸੀਂ ਉੱਥੇ ਕੋਈ ਕੈਨੇਡਾ 'ਚ ਵੀ ਤੁਹਾਡੀ ਕੋਈ ਸਿਸਟਰ ਔਰਗਨਾਈਜੇਸ਼ਨ ਆ ਤੁਸੀਂ ਦੱਸ ਰਹੇ ਹਾਂਜੀ ਕੈਨੇਡਾ ਸਾਡਾ ਬੇਸ ਹੈ ਜੀ ਇੱਕ ਅਤੇ ਕਿਉਂਕਿ ਉਹਦੇ ਕੋਲ ਸਾਡੇ ਕੋਲ ਇੱਕ ਪੰਜਾਬ ਦਾ ਹੀ ਇੱਕ ਪ੍ਰੋਜੈਕਟ ਹੈ ਜੋ ਬੜਾ ਅਹਿਮ ਪ੍ਰੋਜੈਕਟ ਹੈ ਜਿਹੜਾ ਕਿ ਅਸੀਂ ਜਦੋਂ ਸ਼ੁਰੂ ਕੀਤਾ ਸੀ ਅਸੀਂ ਉਹਨੂੰ ਮਿੰਨੀ ਪਿੰਗਲ ਵੜਾ ਕਹਿੰਦੇ ਸੀ ਪ੍ਰਭ ਆਸਰਾ ਨਾਂ ਦੀ ਸੰਸਥਾ ਹੈ ਜੋ ਕੁਰਾਲੀ ਦੇ ਨਜ਼ਦੀਕ ਹੈ ਅਤੇ ਯੂਨੀਵਰਸਲ ਕੇਅਰ ਡਿਸੇਬਲਡ ਫੈਸਿਲਿਟੀ ਕਹਿੰਦੇ ਉਹਨੂੰ ਅਤੇ ਉਸ ਵੇਲੇ ਉਹ ਛੋਟਾ ਜਿਹਾ ਸੀ ਸ਼ੁਰੂ ਜਦੋਂ ਕੀਤਾ ਸੀ ਸਾਡੇ ਤੋਂ ਉਹ ਇੱਕ ਸਾਲ ਪਹਿਲਾਂ 2004 ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਅਸੀਂ ਉਹਨਾਂ ਨੂੰ 2007 'ਚ ਕੋਆਪਟ ਕੀਤਾ ਉਹਨਾਂ ਨੂੰ ਸੋ ਤੁਸੀਂ ਇਹ ਜਿਹੜੀ ਕੈਨੇਡਾ ਸਹਾਇਤਾ ਦੇ ਨਾਲ ਰਲ ਕੇ ਹਾਂਜੀ ਇਹ ਜਿਹੜੀ ਜਿਹੜੀ ਮਤਲਬ ਸੰਸਥਾ ਜਿਹੜੀ ਕੁਰਾਲੀ ਦੇ ਲਾਗੇ ਤੁਸੀਂ ਉਹਦਾ ਉਹਨਾਂ ਦੀ ਮਦਦ ਕਰ ਰਹੇ ਹਾਂਜੀ ਸੋ ਸੋ ਡਾਕਟਰ ਸਾਹਿਬ ਇਹ ਤਾਂ ਤੁਸੀਂ ਬੜੀ ਸੋਹਣੇ ਤਰੀਕੇ ਨਾਲ ਦੱਸਿਆ ਵੀ ਕਿੱਥੇ ਕਿੱਥੇ ਤੁਹਾਡੀ ਪ੍ਰੈਜੈਂਸ ਹੈਗੀ ਆ ਕਿੰਨੇ ਵਲੰਟੀਅਰ ਤੁਹਾਡੇ ਜਿਹੇ ਬੰਦੇ 'ਚ ਕੰਮ ਕਰਦੇ ਨੇ ਸਾਡੇ ਕੋਲ ਤਕਰੀਬਨ ਜਿਹੜਾ ਟੋਟਲ ਤਿੰਨਾਂ ਜਗ੍ਹਾ ਦੇ ਉੱਤੇ ਲਾ ਕੇ 200 ਦੇ ਕਰੀਬ ਵਲੰਟੀਅਰ ਹੈਗਾ ਪਰ ਜੇ ਕੋਈ ਸਾਡਾ ਪ੍ਰੋਗਰਾਮ ਦੇਖਣ ਵਾਲਾ ਚਾਹੁੰਦਾ ਵੀ ਉਹ ਤੁਹਾਡੇ ਸੇਵਾ ਤੋਂ ਪ੍ਰਭਾਵਿਤ ਹੋ ਕੇ ਤੁਹਾਡੀ ਜਥੇਬੰਦੀ 'ਚ ਵਲੰਟੀਅਰ ਜਾਂ ਮੈਂਬਰ ਬਣਨਾ ਚਾਹੁੰਦਾ ਉਹਦਾ ਕੀ ਤਰੀਕਾ ਦੇਖੋ ਸਾਡੇ ਕੋਲ ਮੈਂਬਰਸ਼ਿਪ ਫੀਸ ਨਹੀਂ ਹੈ ਇਹ ਸਿਰਫ ਤੁਹਾਡੇ ਕੋਲ ਵਕਤ ਹੋਣਾ ਚਾਹੀਦਾ ਤੁਹਾਡੇ ਕੋਲ ਵਕਤ ਹੋਵੇ ਅਤੇ ਕਿੰਨੀ ਕੁ ਉਮਰ ਦਾ ਚਾਹੀਦਾ ਬੱਚੇ ਕੋਈ ਯੰਗ ਬੱਚਾ ਕਹਿੰਦਾ ਮੈਂ ਯੰਗ ਬੱਚੇ ਸਾਡੇ ਕੋਲ ਬਹੁਤ ਯੰਗ ਬੱਚੇ ਕਰਦੇ ਨੇ ਛੁੱਟੀਆਂ 'ਚ ਜਾ ਕੇ 8ਵੇਂ ਗ੍ਰੇਡ ਤੋਂ ਲੈ ਕੇ ਕੰਮ ਕਰਦੇ ਨੇ ਅਤੇ ਅਸੀਂ ਹਮੇਸ਼ਾ ਹੀ ਇਨਕਰੇਜ ਕਰਦੇ ਹਾਂ ਬੱਚਿਆਂ ਨੂੰ ਵੀ ਕਰੋ ਅਤੇ ਬਹੁਤੇ ਸਾਡੇ ਜਿਹੜੇ ਵਲੰਟੀਅਰ ਯੰਗ ਹੀ ਨੇ ਅਤੇ ਪਰ ਇਹੀ ਆ ਵੀ ਹਰ ਇੱਕ ਨੂੰ ਇਹ ਨਹੀਂ ਆਸ ਰੱਖਣੀ ਚਾਹੀਦੀ ਵੀ ਇਹ ਤੋਂ ਸਾਨੂੰ ਕੁਝ ਮਿਲਣਾ ਕੁਝ ਕਰਨਾ ਇਹ ਤਾਂ ਇੱਕ ਸੇਵਾ ਹੈ ਸੇਵਾ ਦੇ ਭਾਵ ਨਾਲ ਕਰਨੀ ਹੈ ਕਿਸੇ ਤਰ੍ਹਾਂ ਵੀ ਕਰਨੀ ਹੈ ਅਤੇ ਅਸੀਂ ਜੇ ਬੱਚਿਆਂ ਨੇ ਕਿਸੇ ਨੇ ਇੰਡੀਆ ਜਾ ਕੇ ਸੇਵਾ ਕਰਨੀ ਲੋਕ ਇੰਡੀਆ ਜਾ ਕੇ ਵੀ ਸੇਵਾ ਕਰਦੇ ਨੇ ਕੋਈ ਵੀ ਕਿਸੇ ਵੀ ਵਕਤ ਵੀ ਕਿਸੇ ਨੇ ਇੰਡੀਆ ਜਾਣਾ ਜੇ ਉਹਨਾਂ ਬੱਚਿਆਂ ਕੋਲ ਟਾਈਮ ਹੈ ਬੱਚੇ ਨੇ ਬਾਈ ਦੇ ਬਾਈ ਛੁੱਟੀਆਂ 'ਚ ਕੋਈ ਮਹੀਨਾ ਕੋਈ ਲਾਉਣਾ ਚਾਹੁੰਦਾ ਬਿਲਕੁਲ ਉਹਦਾ ਸਿਸਟਮ ਹੈਗਾ ਹਾਂਜੀ ਉੱਥੇ ਹੈਗਾ ਸਾਡੇ ਬਾਲ ਘਰ ਦੇ ਵਿੱਚ ਕਰ ਸਕਦੇ ਨੇ ਬਾਲ ਭਵਨ ਦੇ ਵਿੱਚ ਕਰ ਸਕਦੇ ਨੇ ਜੇ ਕਿਸੇ ਨੇ ਉਂਝ ਪੜ੍ਹਾਉਣਾ ਸਾਡੇ ਕੋਲ ਉਹ ਵੀ ਤਕਰੀਬਨ 100 ਕੁ ਬੱਚਾ ਅਸੀਂ ਜਿਹੜਾ ਬਾਕੀ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਸਪੋਰਟ ਕਰਦੇ ਹਾਂ ਫੰਡ ਕਰਦੇ ਹਾਂ ਅਤੇ ਪ੍ਰਭ ਆਸਰਾ ਦੇ ਵਿੱਚ ਜਾ ਕੇ ਹੈਲਪ ਕਰ ਸਕਦੇ ਨੇ ਸਰ ਡਾਕਟਰ ਸਾਹਿਬ ਇਹ ਤਾਂ ਹੋ ਗਈ ਵਲੰਟੀਅਰ ਪਰ ਜੇ ਕੋਈ ਸਰੋਤੇ ਫਾਈਨੈਂਸ਼ੀਅਲੀ ਡੋਨੇਸ਼ਨ ਦੇਣਾ ਚਾਹੁੰਦੇ ਆ ਅਤੇ ਉਹ ਡੋਨੇਸ਼ਨ ਦੋ ਤਰ੍ਹਾਂ ਦੀ ਇੱਕ ਤਾਂ ਕੋਈ ਮਤਲਬ ਵੀ ਕੋਈ ਪ੍ਰਭਾਵਿਤ ਹੋ ਗਿਆ ਇਸ ਕੰਮ ਤੋਂ ਕੋਈ ਤੁਹਾਨੂੰ ਕਿਸ ਤਰ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਕਰਨੀ ਚਾਹੁੰਦਾ ਜਾਂ ਕੋਈ
ਅਮੈਰੀਕਾ ਜਾਂ ਕੈਨੇਡਾ 'ਚ ਕੋਈ ਪ੍ਰੋਗਰਾਮ ਦੇਖਣ ਵਾਲੇ ਭੈਣ ਭਰਾ ਸਾਡੇ ਚਾਹੁੰਦੇ ਵੀ ਅਸੀਂ ਤੁਹਾਡੇ ਲਈ ਕੋਈ ਈਵੈਂਟ ਹੋਸਟ ਕਰਨਾ, ਉਹਦਾ ਕੀ ਤਰੀਕਾ ਹੈਗਾ? ਹਾਂਜੀ, ਈਵੈਂਟ ਹੋਸਟ ਕਰਨ ਦੇ ਤਰੀਕੇ ਵੀ ਜਿਹਨੀ ਤੁਹਾਡੇ ਅੰਦਰ ਜੇ ਸ਼ਰਧਾ ਭਾਵ ਹੈ, ਜਿਵੇਂ ਕਿ ਹੁਣ ਅਸੀਂ 18 ਅਕਤੂਬਰ ਨੂੰ ਫਰੈਜ਼ਨੋ ਦੇ ਵਿੱਚ ਇਵੈਂਟ ਹੋ ਰਿਹਾ ਹੈਗਾ, ਉਹ ਫਰੈਜ਼ਨੋ ਦੇ ਜਿਹੜੇ ਲੋਕ ਹੈ ਐਸੋਸੀਏਸ਼ਨ ਜਿਹੜੀ ਉੱਥੇ ਕਲਚਰਲ ਐਸੋਸੀਏਸ਼ਨ ਆ, ਉਹਨਾਂ ਨੇ ਉੱਦਮ ਕਿਹੜੀ ਜਗ੍ਹਾ ਹੋ ਰਿਹਾ ਇਵੈਂਟ ਹੈ? ਫਰੈਜ਼ਨੋ ਦੇ ਵਿੱਚ ਲੋਕਲੀ, ਇੰਡੀਆ ਓਵਨ ਦੇ ਵਿੱਚ। ਮੈਂ ਸਰੋਤਿਆਂ ਨੂੰ ਅਪੀਲ ਕਰਾਂਗਾ ਵੀ ਜਿਹੜੇ ਭੈਣ ਭਰਾ ਸਾਡੇ ਸੈਂਟਰਲ ਵੈਲੀ ਕੈਲੀਫੋਰਨੀਆ 'ਚ ਰਹਿੰਦੇ ਆ, ਉਹ ਘੱਟੋ ਘੱਟ 18 ਸਤੰਬਰ ਨੂੰ 18 ਅਕਤੂਬਰ ਨੂੰ ਜਿਹੜਾ ਪ੍ਰੋਗਰਾਮ ਉੱਥੇ ਹੋ ਰਿਹਾ ਇੰਡੀਆ ਓਵਨ ਦੇ ਵਿੱਚ, ਤੁਸੀਂ ਪਲੀਜ਼ ਉਸ ਈਵੈਂਟ ਨੂੰ ਅਟੈਂਡ ਕਰੋ ਅਤੇ ਡਾਕਟਰ ਸਾਹਿਬ ਨੂੰ ਪਰਸਨਲੀ ਵੀ ਮਿਲ ਸਕੋਗੇ, ਇਹਨਾਂ ਦੇ ਵਲੰਟੀਅਰਸ ਨੂੰ ਮਿਲ ਸਕੋਗੇ, ਅਤੇ ਤੁਸੀਂ ਦੇਖੋ ਵੀ ਤੁਸੀਂ ਕਿੱਦਾਂ ਇਸ ਚੀਜ਼ ਵਿੱਚ ਹਿੱਸਾ ਲੈਣਾ ਚਾਹੁੰਦੇ ਹਾਂ। ਸੋ ਡਾਕਟਰ ਸਾਹਿਬ, ਇਹ ਜਿਹੜੀ ਸਾਡੀ ਕਮਿਊਨਿਟੀ ਦੇ ਜਿਹੜੇ ਹੋਰ ਵੀ ਬੜੀਆਂ ਸੰਸਥਾਵਾਂ ਨੇ, ਕੀ ਤੁਹਾਨੂੰ ਜਿੱਦਾਂ ਦਾ ਸਹਿਯੋਗ ਮਿਲਣਾ ਚਾਹੀਦਾ ਸਾਡੀਆਂ ਹੋਰ ਕਮਿਊਨਿਟੀ ਦੀਆਂ ਔਰਗਨਾਈਜੇਸ਼ਨਸ ਤੋਂ, ਉਹ ਮਿਲਦਾ? ਕਦੇ ਕਦੇ ਮਿਲਦਾ, ਅਤੇ ਪਰ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਇਸ ਗੱਲ ਦੇ ਉੱਤੇ ਕਿ ਅਸੀਂ ਪਹਿਲਾਂ ਲੋਸ ਐਂਜਲਸ ਜਾਣੋ ਜਕਦੇ ਸੀਗੇ ਵੀ ਉੱਥੇ ਤਾਂ ਪਤਾ ਨਹੀਂ ਸਾਡਾ ਕਿੱਦਾਂ ਹੋਣਾ ਹੈਗਾ, ਪਰ ਲਾਸਟ 2 ਈਅਰਸ ਦਾ ਲੋਸ ਐਂਜਲਸ ਜਿਹੜੀ ਪਬਲਿਕ ਹੈਗੀ ਆ ਉਹਨੇ ਸਾਡਾ ਬਹੁਤ ਸਾਥ ਦਿੱਤਾ, ਇਸ ਬੀਨ ਅ ਬਿਗ ਫੰਡ ਰੇਜ਼ਰ ਫੋਰ ਅਸ, ਯੂ ਨੋ। ਮੈਂ ਕੋਈ ਸਿਆਸੀ ਗੱਲ ਨਹੀਂ ਕਰਨੀ ਚਾਹੁੰਦਾ, ਤੁਸੀਂ ਗੈਰ ਸਿਆਸੀ ਬੰਦੇ, ਮੇਰਾ ਕਹਿਣਾ ਵੀ ਕੀ ਗੁਰੂ ਘਰ ਤੁਹਾਡੀ ਹੈਲਪ ਕਰਦੇ ਨੇ? ਗੁਰੂ ਘਰ ਜਿੰਨੀ ਕੋਸ਼ਿਸ਼ ਹੋਣੀ ਚਾਹੀਦੀ ਉਨੀ ਕਰਦੇ ਨੀਗੇ, ਉਹੀ ਹੁੰਦਾ ਵੀ ਸਾਨੂੰ ਉਂਝ ਅਸੀਂ ਕਹਿੰਦੇ ਹਾਂ ਕਿ ਜਿਹੜੀ ਸੇਵਾ ਆ ਇਹ ਇੱਕ ਸਿੱਖੀ ਦਾ ਹਿੱਸਾ ਹੈ। ਬਿਲਕੁਲ ਜੀ, ਅਤੇ ਉਸ ਸੇਵਾ ਨੂੰ ਜੇ ਅਸੀਂ ਦਿਖਾਉਣਾ ਚਾਹੁੰਦੇ ਹਾਂ ਲੋਕ ਪਬਲਿਕ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਾ ਕੇ, ਉਹ ਸਾਨੂੰ ਇਜਾਜ਼ਤ ਨਹੀਂ ਮਿਲਦੀ। ਜੇ ਇਜਾਜ਼ਤ ਮਿਲਦੀ ਹੈ ਤਾਂ ਉਹੀ ਭਾਈ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਹੀ ਅਕਲ ਦੀਆਂ ਗੱਲਾਂ ਹੀ ਕਰਦੇ ਨੇ ਜਾਂ ਦੱਸਦੇ ਨੇ, ਉਹਨਾਂ ਨੂੰ ਭਾਵੇਂ ਤੁਸੀਂ ਘੰਟੇ ਪੈਂਦੀ ਟਾਈਮ ਦੇ ਸਕਦੇ ਨੇ, ਸਾਨੂੰ 10 ਮਿੰਟ ਦੇ ਕੇ 5 ਮਿੰਟਾਂ ਬਾਅਦ ਕਹਿੰਦੇ ਆ ਡਾਕਟਰ ਸਾਹਿਬ ਟਾਈਮ ਹੋ ਚੱਲਿਆ। ਡਾਕਟਰ ਸਾਹਿਬ ਤੁਸੀਂ ਸਮਾਜ ਸੇਵੀ ਹੋ, ਮੈਂ ਤੁਹਾਨੂੰ ਸਿੱਧੀ ਸਿਆਸਤ ਜੇ ਕੋਈ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ, ਪਰ ਇਹ ਇੱਦਾਂ ਦੀ ਸਾਡੀ ਕਮਿਊਨਿਟੀ 'ਚ ਇੱਦਾਂ ਦੀ ਸੋਚ ਕਿਉਂ ਹੈ? ਮਤਲਬ ਕੀ ਤੁਸੀਂ ਕਦੇ ਅਹਿਸਾਸ ਕੀਤਾ ਜਾਂ ਨਾ ਸਮਝੀ ਆ? ਮੈਨੂੰ ਤਾਂ ਕਦੇ ਸਮਝ ਨਹੀਂ ਲੱਗੀ, ਕਿਉਂਕਿ ਮੈਂ ਪਹਿਲਾਂ ਤਾਂ ਕਈ ਗੁਰਦੁਆਰੇ ਨੂੰ ਤਾਂ ਇਹ ਸੀ ਵੀ ਮੈਂ ਸਿੱਖ ਰੂਪ ਵਿੱਚ ਨਹੀਂ ਹੈਗਾ, ਅਤੇ ਉਹਨਾਂ ਨੇ ਮੈਨੂੰ ਇਹੀ ਕਹਿਣਾ ਡਾਕਟਰ ਸਾਹਿਬ ਜੀ ਤੁਸੀਂ ਨਾ ਪੂਰੇ ਸਿੰਘ ਸੱਜ ਜੋ ਤਾਂ ਦੇਖੋ ਤੁਹਾਨੂੰ ਮਾਇਆ ਹੀ ਮਾਇਆ ਹੋ ਜਾਣੀ ਹੈ। ਮੈਂ ਕਿਹਾ ਵੀ ਮੈਨੂੰ ਮਾਇਆ ਹੀ ਮਾਇਆ ਨਹੀਂ ਚਾਹੀਦੀ, ਮੈਨੂੰ ਉਹ ਪੈਸਾ ਚਾਹੀਦਾ ਜਿਹੜਾ ਦਿਲੋਂ ਆਵੇ। ਇਸੇ ਕਰਕੇ ਜਿੰਨੇ ਅਸੀਂ ਇਵੈਂਟ ਕਰਦੇ ਹਾਂ ਉਹਦੇ ਵਿੱਚ ਕਦੇ ਅਸੀਂ ਸ਼ਰਾਬ ਨਹੀਂ ਵਰਤੀ। ਉਂਝ ਵੀ ਜਿੰਨਾ ਵੀ ਸਾਡਾ ਬੋਰਡ ਮੈਂਬਰ ਹੈ ਜਿਹੜੇ, ਉਹਨਾਂ 'ਚੋਂ ਸਾਰਿਆਂ 'ਚੋਂ ਕੋਈ ਵੀ ਸ਼ਰਾਬ ਨਹੀਂ ਪੀਂਦਾ। ਕੁਦਰਤੀ ਹੋਈ ਹੈ ਕਿ ਉਹੋ ਜਿਹਾ ਸਾਡਾ ਬਣਿਆ। ਲੋਕ ਕਹਿੰਦੇ ਆ ਵੀ ਜੇ ਤੁਸੀਂ ਸ਼ਰਾਬ ਵਰਤਾਓ ਜ਼ਿਆਦਾ ਪੈਸੇ ਹੋ ਜਾਣਗੇ, ਮੈਨੂੰ ਹੁੰਦਾ ਵੀ ਉਹ ਪੈਸਾ ਜਿਹੜਾ ਆ ਉਹ ਦਿਲੋਂ ਨਹੀਂ ਆਇਆ ਹੁੰਦਾ, ਉਹ ਜੇਬ 'ਚੋਂ ਆਇਆ ਹੁੰਦਾ। ਅਤੇ ਜੋ ਚੀਜ਼ ਜਿਹੜੀ ਭਾਵੇਂ ਡਾਲਰ ਹੋਵੇ ਨਾ, ਉਹ ਜਿਹੜਾ ਦਿਲੋਂ ਬਰਕਤ ਆ ਜਿਹੜਾ ਬੰਦਾ ਦਿਲੋਂ ਦਿੰਦਾ। ਸੋ ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ, ਬੇਸ਼ੱਕ ਜਿਹੜਾ ਸਾਡਾ ਸਿੱਖੀ ਦਾ ਸਿਧਾਂਤ ਆ ਉਹ ਤਾਂ ਸਰਬੱਤ ਦੇ ਭਲੇ ਦਾ। ਹਾਂਜੀ, ਅਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਕਦੇ ਕਿਹਾ ਹੀ ਨਹੀਂ ਵੀ ਤੁਸੀਂ ਕਿਸੇ ਮਜ੍ਹਬ ਜਾਂ ਕਿਸੇ ਜਾਤ ਜਾਂ ਕਿਸੇ ਜਾਤ ਬਰਾਦਰੀ ਫਰਕ ਕਰਨਾ। ਬੇਸ਼ੱਕ ਤੁਹਾਡੀ ਜਿਹੜੀ ਸਹਾਇਤਾ ਦੇ ਮੈਂਬਰ ਜ਼ਿਆਦਾਤਰ ਸਿੱਖ ਨੇ, ਪਰ ਤੁਸੀਂ ਤਾਂ ਸੇਵਾ ਸਾਰੇ ਧਰਮਾਂ ਦੇ ਲੋਕਾਂ ਦੀ ਕਰਦੇ ਹੋ। ਬਿਲਕੁਲ, ਅਸੀਂ ਸਾਰੇ ਧਰਮਾਂ ਦੀ ਸਿੱਖ ਸੇਵਾ ਕਰਦੇ ਹਾਂ। ਸਾਡੇ ਕੋਲ ਬੱਚੇ ਜੇ ਇਸ ਵੇਲੇ ਸਾਡੇ ਕੋਲ 700 ਦੇ ਕਰੀਬ ਬੱਚਾ ਜਿਹੜਾ ਅਸੀਂ ਪੰਜਾਬ ਅਤੇ ਯੂਪੀ ਰਾਜਸਥਾਨ, ਹੁਣੇ ਅਸੀਂ ਮੱਧ ਪ੍ਰਦੇਸ਼ ਦੇ ਵਿੱਚ 18 ਬੱਚੇ ਲਏ ਨੇ। ਅਤੇ ਸੋ ਉਹ ਤਾਂ ਜਿੱਦਾਂ ਦੇ ਹੈਗੇ ਆ ਉਂਝ ਹੀ ਹੈਗੇ ਆ। ਹੁਣ ਜੰਮੂ ਕਸ਼ਮੀਰ ਦੇ ਵਿੱਚ ਹੁਣ ਸਾਡੇ ਕੋਲ ਇਸ ਵੇਲੇ 84 ਬੱਚੇ ਉੱਥੇ ਹੋ ਗਏ। ਅਤੇ ਸੋ ਅਸੀਂ ਕਦੇ ਉਹ ਸੋਚਿਆ ਨਹੀਂ ਵੀ ਇਸ ਹਿਸਾਬ ਨਾਲ ਵੀ ਬੱਚੇ ਬੱਚੇ ਆ, ਅਤੇ ਜੇ ਕਿਸੇ ਦਾ ਵੀ ਬੱਚਾ ਪੜ੍ਹ ਜਾਵੇ, ਕਿਸੇ ਗਰੀਬ ਦਾ ਬੱਚਾ ਪੜ੍ਹ ਜਾਵੇ ਤਾਂ ਠੀਕ ਹੈ। ਡਾਕਟਰ ਸਾਹਿਬ, ਦੇਖੋ ਤੁਸੀਂ ਗੱਲ ਕੀਤੀ ਟਾਈਮ ਦੀ, ਆਪਾਂ ਤੁਹਾਨੂੰ ਮੀਡੀਆ 'ਤੇ ਖੁੱਲ੍ਹਾ ਟਾਈਮ ਹੈ, ਤੁਸੀਂ ਕੋਈ ਇੱਦਾਂ ਦੀ ਗੱਲ ਦੱਸੋ ਜਿਹੜੀ ਮੈਂ ਤੁਹਾਨੂੰ ਨਾ ਪੁੱਛੀ ਹੋਵੇ, ਜਾਂ ਕੋਈ ਬੱਚਾ ਜਿਹੜਾ ਉਹ ਸਕੂਲ 'ਚੋਂ ਪੜ੍ਹ ਕੇ ਜਿਹਨੇ ਕੋਈ ਪ੍ਰਾਪਤੀ ਕੀਤੀ ਹੋਵੇ, ਜਿਹਦੇ ਨਾਲ ਤੁਸੀਂ ਦੇਖਣ ਵਾਲੇ ਸਰੋਤੇ ਉਹਨੂੰ ਕਨਵਿੰਸ ਕਰ ਸਕੋ ਵੀ ਉਹ ਕਿਉਂ ਇੱਦਾਂ ਦੇ ਐਫਰਟਸ ਨੂੰ, ਮੈਂ ਤੁਹਾਡੀ ਜਾਤੀ ਤੌਰ 'ਤੇ ਮਦਦ ਕਰਨ ਲਈ ਨਹੀਂ ਕਹਿ ਰਿਹਾ, ਮੈਂ ਤੁਹਾਡੇ ਕੰਮ ਦੀ ਜਾਂ ਜੋ ਤੁਹਾਡੀ ਸੇਵਾ ਦੇ ਵਿੱਚ ਹਿੱਸਾ ਪਾਉਣ ਲਈ ਕਹਿ ਰਿਹਾ, ਕੋਈ ਇੱਦਾਂ ਦੀ ਗੱਲ ਦੱਸੋ ਜਿਹਦੇ ਨਾਲ ਕਿ ਸਾਡੇ ਸਰੋਤਿਆਂ ਦਾ ਮਨ ਕਰੇ ਵੀ ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ। ਹਾਂਜੀ, ਮੈਂ ਕਈ ਐਗਜ਼ਾਮਪਲਾਂ ਦੇ ਦਿੰਦਾ। ਇੱਕ ਬੱਚੀ ਸੀ ਸਾਡੇ ਕੋਲ ਜਿਹੜੀ ਕਿ ਸਾਨੂੰ ਇੱਕ ਰੇਲਵੇ ਬੋਗੀ 'ਚੋਂ ਮਿਲੀ ਸੀ, ਛੋਟੀ ਜਿਹੀ ਸੀ, ਉਹਦੀ ਇੱਕ ਅੱਖ ਕੱਢੀ ਹੋਈ ਸੀ, ਉਹਦੀ ਸਕਲ ਜਿਹੜੀ ਫ੍ਰੈਕਚਰ ਸੀਗੀ, ਖੋਪੜੀ ਫ੍ਰੈਕਚਰ ਸੀ, ਲੱਤਾਂ ਬਾਹਾਂ ਤੋੜੀਆਂ ਹੋਈਆਂ ਸੀ। ਉਹ ਸਲਾਦ ਦੇ ਵਿੱਚੋਂ ਮੇਰੇ ਖਿਆਲ 1-2 ਮਹੀਨਿਆਂ ਦੀ ਸੀ, ਉਹਦੇ ਟੋਇਲਟ ਸੀਟ ਦੇ ਵਿੱਚ ਸਿੱਟੀ ਹੋਈ ਸੀ।
ਅਤੇ ਉਹ ਬੱਚੀ ਉੱਥੇ ਗਰੋ ਹੋਈ ਸਾਡੇ ਬਾਲ ਘਰ ਦੇ ਵਿੱਚ। 5 ਸਾਲ ਮੈਨੂੰ ਉਸ ਦੇ ਨਾਲ ਲੱਗੇ ਤਾਂ ਕਿ ਮੈਂ ਉਸਦੇ ਮੂੰਹ 'ਤੇ ਸਮਾਈਲ ਦੇਖ ਸਕਾਂ। ਉਹ ਅਸੀਂ 1 ਸਾਲ ਮਤਲਬ ਜਦੋਂ 4 ਸਾਲ ਦੀ ਹੋਈ ਤਾਂ ਉਹਦੇ ਇੰਪਲਾਂਟ ਕੀਤਾ, ਆਈ ਇੰਪਲਾਂਟ ਕੀਤੀ। ਫਿਰ ਉਹਨੂੰ ਥੋੜ੍ਹਾ ਜਿਹਾ ਹੋਇਆ ਵੀ ਮੈਂ ਵੀ ਬਾਕੀਆਂ ਵਰਗੀ ਲੱਗਦੀ ਹਾਂ, ਫਿਰ ਉਹ ਸ਼ੁਰੂ ਹੋ ਗਈ। ਅਤੇ ਸੋ ਉਹਦਾ ਨਾਮ ਮੀਰਾ ਸੀ। ਅਤੇ ਜਦੋਂ ਮੀਰਾ ਵੱਡੀ ਹੋਈ ਅਤੇ ਤਕਰੀਬਨ 6 ਸਾਲ ਦੀ ਸੀ, ਅਤੇ ਮੈਂ ਐਵੇਂ ਕੁਦਰਤੀ ਫੇਸਬੁੱਕ ਦਾ ਮੈਂ ਬਹੁਤ ਵੱਡਾ ਸਾਡਾ ਇੱਕ ਮਾਧਿਅਮ ਹੈ ਸਾਨੂੰ ਫੰਡ ਰੇਜ਼ਿੰਗ ਦਾ, ਲੋਕਾਂ ਨਾਲ ਮਿਲਣ ਦਾ। ਹਾਂਜੀ, ਅਤੇ ਉਸ ਸਟੋਰੀ ਪਾਈ ਸੀ ਅਤੇ ਉਹ ਕਿਸੇ ਫਰੈਂਚ ਕਪਲ ਨੇ ਦੇਖੀ। ਉਹਨਾਂ ਨੇ ਕਿਹਾ ਵੀ ਅਸੀਂ ਬੱਚੀ ਨੂੰ ਦੇਖਣਾ ਨਹੀਂ, ਸਾਨੂੰ ਅਸੀਂ ਤਾਂ ਅਡੋਪਟ ਹੀ ਕਰਨੀ ਆ। ਸੋ ਉਹ ਬੱਚੀ ਇਸ ਵੇਲੇ ਫਰਾਂਸ ਦੇ ਵਿੱਚ ਹੈ ਅਤੇ ਉਹਦਾ 7ਵਾਂ ਬਰਥਡੇ ਵੀ ਉੱਥੇ ਮਨਾਇਆ ਗਿਆ ਸੀ ਉਹਨੇ। ਸੋ 6 ਮਹੀਨਿਆਂ ਦੇ ਵਿੱਚ ਉਹਨੇ ਫਰਾਂਸ ਆ ਕੇ ਪੰਜਾਬੀ ਹਿੰਦੀ ਤਾਂ ਭੁੱਲ ਗਈ, ਉਹਨੂੰ ਫਰੈਂਚ ਹੀ ਆਉਂਦੀ ਹੈ ਹੁਣ। ਇੰਝ ਹੀ ਬੱਚੀ ਇੱਕ ਸਾਨੂੰ ਮੁਕਤਸਰ ਦੇ ਵਿੱਚ ਆਪਣੇ ਕੂੜੇ ਦੇ ਢੇਰ 'ਤੇ ਪਲਾਸਟਿਕ ਦੇ ਬੈਗ 'ਚ ਸੀ ਕਿਸੇ ਸਿੱਟ ਦਿੱਤੀ, ਕਿਸੇ ਨੇ ਕਿਸੇ ਰਾਹ ਜਾਂਦੇ ਨੇ ਦੇਖ ਲਈ, ਉਹਨੇ ਲਿਜਾ ਕੇ ਪੁਲਿਸ ਵਾਲਿਆਂ ਨੂੰ ਦੇ ਦਿੱਤੀ। ਉਹ ਸਾਡੇ ਕੋਲ ਆ ਗਈ ਅਤੇ ਛੋਤੀ ਛੋਤੀ ਹੁੰਦੀ ਵੱਡੀ ਹੋ ਗਈ ਅਤੇ 2 ਸਾਲ ਦੀ ਏਜ ਦੇ ਵਿੱਚ ਉਹਦੀ ਅਡੋਪਸ਼ਨ ਹੋਈ ਅਤੇ ਉਹ ਇਸ ਵਕਤ ਕੈਨੇਡਾ ਹੈ। ਇੱਕ ਬੱਚੀ ਹੈ ਉਹਦੇ ਹਾਰਟ ਦੇ ਵਿੱਚ ਪ੍ਰੋਬਲਮ ਸੀ, ਉਹਦਾ ਅਸੀਂ ਦਿੱਲੀ ਤੋਂ ਇਲਾਜ ਕਰਵਾਇਆ ਅਤੇ ਉਹ ਇਸ ਵਕਤ ਸਿਆਟਲ ਹੈ। ਇੱਕ ਹੋਰ ਬੱਚੀ ਹੈ ਜਿਹਦੀਆਂ ਲੱਤਾਂ ਬਾਹਾਂ ਵਿੰਗੀਆਂ ਸੀਗੀਆਂ, ਟੁੱਟੀਆਂ ਸੀਗੀਆਂ ਸਾਰੀਆਂ, ਉਹਦੀਆਂ 16 ਸਰਜਰੀ ਹੋਈ ਕਰਵਾਈਆਂ ਗਈਆਂ, ਤਾਂ ਹੁਣ ਉਹ ਇਸ ਵਕਤ ਇਸ ਸਾਲ ਕੈਲੀਫੋਰਨੀਆ 'ਚ ਆਈ ਹੈ। ਅਤੇ ਹਰ ਸਾਲ ਅਸੀਂ 17-18 ਬੱਚੇ ਜਿਹੜੇ ਆ ਇੰਟਰਨੈਸ਼ਨਲੀ ਅਡੋਪਟ ਹੁੰਦੇ ਆ, ਜਿਨ੍ਹਾਂ ਨੂੰ ਲੋਕ ਸਿੱਟ ਜਾਂਦੇ ਨੇ। ਸਿੱਟਣ ਵਾਲਿਆਂ ਦਾ ਵੀ ਕਸੂਰ ਹੋ ਸਕਦਾ ਨਾ ਹੋਵੇ, ਕਿਉਂਕਿ ਕੀ ਪਤਾ, ਕਈ ਵਾਰੀ ਮੈਂ ਇਹ ਸੋਚਦਾ ਹੁੰਦਾ ਵੀ ਹੋ ਸਕਦਾ ਇਹਨਾਂ ਬੱਚਿਆਂ ਦੀ ਕਿਸਮਤ ਚੰਗੀ ਸੀ ਕਿ ਉੱਥੇ ਸ਼ਾਇਦ ਰੁਲ ਜਾਂਦੇ ਜਾਂ ਇਹਨਾਂ ਦੀ ਨਾ ਪੁੱਛ ਹੁੰਦੀ, ਅਤੇ ਇਸ ਤਰ੍ਹਾਂ ਆ ਕੇ ਇਹਨਾਂ ਦੀ ਕੋਈ ਕਿਸਮਤ ਬਣ ਗਈ। ਅਤੇ ਤੁਹਾਡੀਆਂ ਗੱਲਾਂ ਜਜ਼ਬਾਤੀ ਕਰ ਰਹੀਆਂ ਮੈਨੂੰ। ਸਮੇਂ ਦੀ ਕਮੀ ਕਰਕੇ ਸਾਨੂੰ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨਾ ਪਏਗਾ। ਮੈਂ ਇੱਕ ਵਾਰੀ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਤੁਸੀਂ ਡਾਕਟਰ ਸਾਹਿਬ ਦੀ, ਇਹਨਾਂ ਦੀ ਜਥੇਬੰਦੀ ਦੀ ਪੂਰੀ ਸਹਾਇਤਾ ਕਰੋ, ਇਹਨਾਂ ਨੂੰ ਸਹਿਯੋਗ ਦਿਓ। ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਇਹਨਾਂ ਦੇ ਨੰਬਰ 'ਤੇ ਕਾਲ ਕਰ ਸਕਦੇ ਹੋ। ਬੇਸ਼ੱਕ ਤੁਸੀਂ ਗਲੋਬਲ ਪੰਜਾਬ 'ਤੇ ਜੰਗਦੇਵ ਪੰਡਾਲ ਜੀ ਨੂੰ ਵੀ ਕੰਟੈਕਟ ਕਰ ਸਕਦੇ ਹੋ ਜੇ ਡਾਕਟਰ ਸਾਹਿਬ ਨੂੰ ਕੰਟੈਕਟ ਕਰਨਾ। ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਸਟੂਡੀਓ 'ਚ ਆਉਣ ਲਈ ਧੰਨਵਾਦ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਤੁਹਾਡਾ ਸਮਾਂ ਦੇਣ ਲਈ ਧੰਨਵਾਦ। ਥੈਂਕ ਯੂ।